ਤੇ ਹੁਣ ਆ ਜਿਹੜੀਆਂ ਚਵਲਾਂ ਆ ਕੁੜੀਆਂ ਏਦਾਂ ਦੀਆਂ ਵੀ ਜੇ ਤੁਸੀਂ ਇੰਨੀਆਂ ਪ੍ਰਮੋਸ਼ਨਾਂ ਕਰ ਦੇ ਵੀ ਤੁਸੀਂ ਆਪ ਪੰਜਾਬ ਦੇ ਵਿੱਚ ਕਾਹਦੇ ਲੋਕਾਂ ਅੱਗੇ ਨੱਚਦੀਆਂ ਫਿਰਦੀਆਂ ਨਾ, ਕਮਿਸ਼ਨ ਕੀਤੀ ਵਾ ਇਹਨਾਂ ਦੇ ਨਾਲ ਵੀ ਹਾਂ ਸਾਡੇ ਇੰਨੇ ਫੋਲੋਅਰ ਆ ਜੇ ਸਾਨੂੰ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਵੀਡੀਓ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ। ਸੋ ਜਿਵੇਂ ਕਿ ਤੁਹਾਨੂੰ ਪਤਾ ਕਿ ਜਿਹੜੇ ਇਨਫਲੂਐਂਸਰ ਨੇ ਟਿਕਟੋਕਰ ਨੇ ਇਹ ਪ੍ਰਮੋਸ਼ਨਾਂ ਦੇ ਪੈਸੇ ਲੈਂਦੇ ਨੇ ਤੇ ਇਹ ਪੇਡ ਪ੍ਰਮੋਸ਼ਨਾਂ ਕਰਦੇ ਹੀ ਰਹਿੰਦੇ ਨੇ ਆਪਣੇ ਪੇਜਾਂ ਦੇ ਉੱਪਰ। ਉੱਥੇ ਹੀ ਐਸ਼ਲੀ ਨੇ ਦੁਬਾਰਾ ਵੀ ਬਹੁਤ ਸਾਰੇ ਵੀਜ਼ਾ ਵਾਲਿਆਂ ਦੀਆਂ ਪ੍ਰਮੋਸ਼ਨਾਂ ਕੀਤੇ ਜਾਂਦੇ ਨੇ ਜਿਸ ਵਿੱਚ ਕਹਿੰਦੀ ਹੁੰਦੀ ਹੈ ਕਿ ਇਹ ਵਧੀਆ ਨੇ, ਇਹ ਵੀਜ਼ਾ ਲਵਾਉਂਦੇ ਨੇ ਅਮਰੀਕਾ ਦਾ, ਕਨੇਡਾ ਦਾ। ਸੋ ਐਸ਼ਲੀ ਦੀ ਪ੍ਰਮੋਸ਼ਨ ਕਰਕੇ ਬਹੁਤ ਕੁਝ ਜਾਣਿਆਂ ਨਾਲ ਠੱਗੀਆਂ ਵੱਜ ਰਹੀਆਂ ਨੇ, ਜਿਸ ਬਾਰੇ ਤਰਨ ਉੱਪਲ ਨਾਮ ਦੇ ਮੁੰਡੇ ਨੇ ਆ ਕੇ ਸਾਰਾ ਕੁਝ ਦੱਸਿਆ। ਬਾਕੀ ਤੁਸੀਂ ਵੀਡੀਓ ਨੂੰ ਸਟਾਰਟਿੰਗ ਦੇ ਕੇ ਲਾਟ ਤੱਕ ਦੇਖਿਓ, ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਜ਼ਰੂਰ ਕਰ ਦਿਓ ਤਾਂ ਜੋ ਹੋਰ ਭਰਾ ਇੱਦਾਂ ਦੇ ਚੱਕਰਾਂ ਵਿੱਚ ਪੈਂਦੇ ਨੇ ਉਹ ਨਾ ਪੈਣ। ਬਾਕੀ ਤੁਸੀਂ ਵੀਡੀਓ ਸਟਾਰਟਿੰਗ ਦੇ ਕੇ ਲਾਟ ਤੱਕ ਦੇਖ ਲਿਓ। ਬਾਕੀ ਤੁਹਾਨੂੰ ਕੀ ਲੱਗਦਾ ਕਿ ਜੋ ਇਹ ਬਾਈ ਨੇ ਤਰਨ ਉੱਪਲ ਨੇ ਕਿਹਾ ਸਹੀ ਕਿਹਾ ਜਾਂ ਗਲਤ ਕਿਹਾ, ਤੁਸੀਂ ਕਮੈਂਟ ਬਾਕਸ ਜ਼ਰੂਰ ਕਮੈਂਟ ਕਰਿਓ। ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਤੁਹਾਨੂੰ ਸਭ ਨੂੰ ਇੱਕ ਇਨਸਾਨ ਬਾਰੇ ਦੱਸਣਾ ਚਾਹੂੰਗੀ ਜਿਨ੍ਹਾਂ ਦਾ ਨਾਮ ਹੈ ਗੁਰਦੇਵ ਸਿੱਧੂ। ਇਹ USA ਤੋਂ ਨੇ, ਇਹ ਕੈਨੇਡਾ, USA, ਨਿਊਜ਼ੀਲੈਂਡ, ਆਸਟ੍ਰੇਲੀਆ, ਸ਼ੈਂਗਨ ਦੇ 100% ਸ਼ੋਰ ਸ਼ਾਟ ਐਂਡ ਵਰਕ ਵੀਜ਼ਾ ਦੇ ਵਿੱਚ ਡੀਲ ਕਰਦੇ ਆ। ਐਂਡ ਇਸ ਕੁੜੀ ਦਾ ਨਾਂ ਹੈ ਅਸ਼ਲੀਨ, ਸਾਰੇ ਇਹਨੂੰ ਪੰਜਾਬ ਦੇ ਵਿੱਚ ਜਾਣਦੇ ਆ। ਪਹਿਲਾਂ ਇਹਨੇ ਕਾਫੀ ਗੰਦ ਖਾਨਾ ਪਾਇਆ ਤਾਂ ਕਦੀ ਆਪਾਂ ਇਹਦੇ ਵਾਰਤਾਲਾਪ ਬੋਲੇ ਵੀ ਨਹੀਂ, ਪਰ ਹੁਣ ਜਿਹੜਾ ਇਹਨੇ ਨਵੀਆਂ ਹੀ ਠੱਗੀਆਂ ਮਾਰਨ ਦਾ ਤਰੀਕਾ ਲੱਭਾ ਆ ਏਜੰਟਾਂ ਦੇ ਨਾਲ ਮਿਲ ਕੇ। ਦੋ ਤਿੰਨ ਕੁੜੀਆਂ ਇਹ, ਉਹਨਾਂ ਦਾ ਜ਼ਿਕਰ ਮੈਂ ਹੋਰ ਵੀਡੀਓ ਦੇ ਵਿੱਚ ਕਰੂੰਗਾ, ਅੱਜ ਇਹਦੀ ਗੱਲ ਕਰਦਾ। ਇਹ ਏਜੰਟਾਂ ਦੀਆਂ ਪ੍ਰਮੋਸ਼ਨਾਂ ਕਰਦੀਆਂ ਇਹ ਕੁੜੀਆਂ, ਉਹਨਾਂ ਕੋਲ 10,000, 15,000 ਜਿੰਨੇ ਵੀ ਪੈਸੇ ਲੈ ਕੇ। ਤਾਂ ਜਿਹੜੇ ਏਜੰਟ ਕੀ ਕਰਦੇ ਆ, ਅਮੈਰੀਕਾ ਤੇ ਕੈਨੇਡਾ ਦਾ ਨੰਬਰ ਯੂਜ਼ ਕਰਦੇ ਆ, ਇੰਡੀਆ ਬੈਠੇ, ਦਿੱਲੀ ਉੱਥੇ ਬੈਠੇ ਆ ਜਾਂ ਪੰਜਾਬ ਦੇ ਵਿੱਚ ਕਿਸੇ ਵੀ ਕੋਨੇ ਦੇ ਵਿੱਚ। ਤਾਂ ਪੰਜਾਬ ਦੇ ਲੋਕਾਂ ਨੂੰ ਠੱਗਦੇ ਕਿੱਦਾਂ ਆ, ਇਹ ਕੁੜੀ ਆਪਣੀਆਂ ਪ੍ਰਮੋਸ਼ਨਾਂ ਕਰ ਦਿੰਦੀ ਆ ਵੀ ਹਾਂ ਇਹ ਜਿਹੜਾ ਆ ਅਮੈਰੀਕਾ ਦੇ ਵਿੱਚੋਂ ਕੰਮ ਕਰਦੇ ਆ, ਸਾਡੇ ਪੱਕੇ ਯਕੀਨ ਨੇ ਆ, ਸਾਨੂੰ ਇਹਨਾਂ ਤੇ ਟਰੱਸਟ ਆ, ਤਾਂ ਲੋਕਾਂ ਨੂੰ ਠੱਗਦੇ ਕਿੱਦਾਂ ਆ। ਹੁਣ ਕੱਲ ਇੱਕ ਇੰਸਟਾਗ੍ਰਾਮ ਤੇ ਮੈਨੂੰ ਕੁੜੀ ਦਾ ਮੈਸੇਜ ਆਇਆ, ਨਾ ਤਾਂ ਨਹੀਂ ਦੱਸਦਾ ਪਰ ਇਹਨਾਂ ਦਾਦਾ ਨੇ ਵੀ ਕਪੂਰਥਲੇ ਸ਼ਹਿਰ ਤੋਂ ਕੁੜੀ ਆ, ਉਹ ਇਹਨਾਂ ਦੇ ਜਾਲ ਦੇ ਵਿੱਚ ਕਿੱਦਾਂ ਫਸੀ, ਆਹ ਵੀਡੀਓ ਪਹਿਲਾਂ ਦੇਖਿਓ ਇਹਦੀ। ਇਹ ਵੀ ਮਹਿਤਾਬ ਢਿੱਲੋ ਦੀ ਇਹਨੇ ਪ੍ਰਮੋਸ਼ਨ ਕੀਤੀ ਆ। ਹੁਣ ਕੁੜੀ ਨੇ ਉਹਨੇ ਜਿਹੜੇ ਸਬੂਤ ਮੈਨੂੰ ਸੈਂਡ ਕੀਤੇ ਆ, ਆਹ ਮਹਿਤਾਬ ਢਿੱਲੋ ਦਾ ਪਾਸਪੋਰਟ, ਨਹੀਂ ਤਾਂ ਮੈਂ ਤੋਂ ਪਾਸਪੋਰਟ ਕਿੱਥੇ ਆ ਜਾਣਾ ਵੀ, ਜਾਂ ਤਾਂ ਸਾਨੂੰ ਕੋਈ ਜਾਣਦਾ ਹੋਵੇ। ਉਹ ਕੁੜੀ ਕਹਿੰਦੀ ਵੀ ਮੈਂ ਇਹਨਾਂ ਦੀ ਵੀਡੀਓ ਦੇਖੀ ਆ ਮਹਿਤਾਬ ਢਿੱਲੋ ਵਾਲੀ, ਵੀ ਚਲੋ ਇਹਨਾਂ ਨਾਲ ਕੰਟੈਕਟ ਕੀਤਾ। ਇਸ ਬੰਦੇ ਮਹਿਤਾਬ ਢਿੱਲੋ ਨੇ ਪਹਿਲਾਂ ਕੁੜੀ ਨੂੰ ਹਨਾ ਯਕੀਨ ਬਣਾਉਣ ਨੂੰ ਆਪਣਾ ਪਾਸਪੋਰਟ ਸੈਂਡ ਕਰ ਦਿੱਤਾ ਅਮਰੀਕਾ ਦਾ, ਵੀ ਆਹ ਮੇਰਾ ਪਾਸਪੋਰਟ ਆ। ਕੁੜੀ ਨੂੰ ਚਲੋ ਯਕੀਨ ਹੋ ਗਿਆ, ਤਾਂ 8,00,000 ਰੁਪਏ ਦੇ ਵਿੱਚ ਗੱਲ ਹੋਈ ਕਿਸੇ ਕੰਟਰੀ ਦੀ। ਕੁੜੀ ਦੀ ਵੀ ਗਲਤੀ, ਉਹਨੇ ਪਹਿਲਾਂ 2,00,000, 3,00,000, 4,00,000 ਇੱਦਾਂ ਉਹਨੂੰ ਸੈਂਡ ਕਰ ਦਿੱਤਾ, ਟੋਟਲ 8,00,000 ਰੁਪਇਆ। ਤਾਂ ਮੁੜ ਕੇ ਇਹ ਕਹਿੰਦੇ ਜੀ ਤੁਹਾਡੀ ਫਲਾਈਟ ਜਿਹੜੀ ਦਿੱਲੀ ਤੋਂ ਆ ਰਾਤ ਨੂੰ 9 ਵਜੇ। ਚਲੋ ਕੁੜੀ ਨੂੰ ਉੱਥੇ ਗਈ ਵਿਚਾਰੀ, ਜਦੋਂ ਪਤਾ ਲੱਗਾ ਇਮੀਗ੍ਰੇਸ਼ਨ ਨੇ ਫੜ ਲਿਆ ਉੱਥੇ ਕੁੜੀ ਨੂੰ ਵੀ ਨਹੀਂ ਤੇਰਾ ਸਾਰਾ ਕੁਝ ਡਾਕੂਮੈਂਟਸ ਨਕਲੀ ਆ, ਤੇਰਾ ਵੀਜ਼ਾ ਵੀ ਨਕਲੀ ਆ, ਕੁੜੀ ਨੂੰ ਵਾਪਸ ਭੇਜ ਦਿੱਤਾ ਹਨਾ। ਤਾਂ ਬਾਅਦ ਵਿੱਚ ਕੁੜੀ ਨੇ ਜਦੋਂ ਆ ਮਹਿਤਾਬ ਢਿੱਲੋਂ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ, ਚਲੋ ਜੀ ਉਹਨੇ ਕੋਈ ਫੋਨ ਹੀ ਨਹੀਂ ਚੱਕਿਆ, ਤਾਂ ਹਾਰ ਕੇ ਕਹਿੰਦੇ ਖਰੇ 30-29 ਤਰੀਕ ਨੂੰ ਬਲੌਕ ਕਰ ਦਿੱਤਾ ਕੁੜੀ ਨੂੰ। ਉਹ ਰਾਤੀ ਕੁੜੀ ਜਿਹੜੀ ਵਿਚਾਰੀ ਆਪਣੀ ਹੱਡ ਵੀ ਤੀਰ ਰੋਂਦੀ ਰੋਂਦੀ ਸੁਣਾ ਕੇ ਗਈ ਆ। ਤਾਂ ਉਹਨੇ ਕਿਹਾ ਕਿ ਕਹਿੰਦੀ ਭਾਜੀ ਵੀ ਸਿਰਫ ਆਹ ਕੁੜੀਆਂ ਕਰਦੀ, ਆਹ ਜਿਹੜੀ ਅਸ਼ਲੀਨ ਕੁੜੀ ਆ ਨਾ। ਹੁਣ ਤੁਸੀਂ ਆਪ ਸੋਚੋ, ਇਹਦੇ ਕੋਲ ਆ ਗੁਰਦੇਵ ਸਿੱਧੂ, ਇਹ ਵੀ USA ਵਾਲਾ, ਮਹਿਤਾਬ ਢਿੱਲੋਂ, ਇਹ ਵੀ USA ਵਾਲਾ, ਵੀ ਜਿੰਨੇ ਇਹਨਾਂ ਨੂੰ ਏਜੰਟ ਟੱਕਰਦੇ ਸਾਰੇ USA ਦੇ ਟੱਕਰਦੇ ਆ। ਏਜੰਟ ਕਰਦੇ ਕੀ ਆ ਹੁਣ, ਵੀ ਇੱਕ ਬੰਦਾ ਆ ਉਹੀ ਆਪਣਾ ਨਾਂ ਤੇ ਨੰਬਰ ਬਦਲੀ ਜਾਂਦਾ, ਕਦੇ ਗੁਰਦੇਵ ਸਿੱਧੂ ਬਣ ਜਾਂਦਾ, ਕਦੇ ਮਹਿਤਾਬ ਢਿੱਲੋਂ ਬਣ ਜਾਂਦਾ, ਕਦੇ ਹਰਵਿੰਦਰ ਹੈਰੀ ਬਣ ਜਾਂਦਾ, ਤੇ ਪਾਸਪੋਰਟ ਆਪਣਾ ਯਕੀਨ ਬਣਾਉਣ ਨੂੰ ਐਡਿਟ ਕੀਤੇ ਪਾਸਪੋਰਟ ਜਿਹੜੇ ਆ ਅਗਲੇ ਨੂੰ ਭੇਜ ਦਿੰਦਾ ਵੀ ਇਹਨਾਂ ਦਾ ਯਕੀਨ ਬਣ ਜਾਵੇ। ਤੇ ਹੁਣ ਆਹ ਜਿਹੜੀਆਂ ਚਵਲਾਂ ਆ ਕੁੜੀਆਂ ਏਦਾਂ ਦੀਆਂ, ਵੀ ਜੇ ਤੁਸੀਂ ਇੰਨੀਆਂ ਪ੍ਰਮੋਸ਼ਨਾਂ ਕਰਦੇ ਵੀ ਤੁਸੀਂ ਆਪ ਪੰਜਾਬ ਦੇ ਵਿੱਚ ਕਾਹਦੇ ਲੋਕਾਂ ਅੱਗੇ ਨੱਚਦੀਆਂ ਫਿਰਦੀਆਂ ਟਕੇ ਟਕੇ ਦੇ ਖਾਤਰ ਹੈ, ਤੁਸੀਂ ਆਪ ਅਮਰੀਕਾ ਕੈਨੇਡਾ ਦਾ ਕੰਮ ਬਣਾਓ ਤਾਂ ਇਹਨਾਂ ਨੂੰ ਕਹਿ ਕੇ ਕਿਉਂ ਕਰਦੀਆਂ? ਕਿਉਂਕਿ ਆਹ ਕੁੜੀਆਂ ਨੇ ਹਨਾ ਕਮਿਸ਼ਨ ਕੀਤੀ ਵਾ ਇਹਨਾਂ ਦੇ ਨਾਲ ਵੀ ਹਾਂ ਸਾਡੇ ਇੰਨੇ ਫੋਲੋਅਰ ਆ,
ਜੇ ਸਾਨੂੰ ਲੱਖ ਬੰਦੇ ਨੇ ਵੀ ਵੀਡੀਓ ਦੇਖ ਲਈ ਵਿੱਚੋਂ 5-10 ਤਾਂ ਆਉਣਗੇ ਤਾਂ 1-1.5 ਲੱਖ ਇਹਨਾਂ ਦਾ ਬਣ ਜੂ, ਬਾਕੀ ਕਰੋੜਾਂ ਰੁਪਈਆ ਉਹਨਾਂ ਦਾ। ਲੋਕਾਂ ਨੂੰ ਇਹੀ ਬੇਨਤੀ ਆ ਕਿ ਏਦਾਂ ਦੀਆਂ ਕੁੜੀਆਂ ਦੀਆਂ ਜਿਹੜੀਆਂ ਪ੍ਰਮੋਸ਼ਨਾਂ ਨਾ ਉਹਨਾਂ ਦੇ ਤੁਸੀਂ ਝਾਂਸੇ ਦੇ ਵਿੱਚ ਨਾ ਆਓ। ਜੇ ਇੰਨੇ ਜੋਗੀਆਂ ਹੁੰਦੀਆਂ ਤਾਂ ਉੱਥੇ ਕੰਜਰ ਪੂਣਾ ਕਰਦੀਆਂ ਇਹ। ਸੋ ਇਹਨਾਂ ਦੀ ਕਮਿਸ਼ਨ ਆ, ਇਸ ਕੁੜੀ ਨੂੰ ਵੀ ਕਹਿ ਦਿੰਦੇ ਵੀ ਤੂੰ ਵੀ ਬਾਜ ਆ ਜਾ, ਵੀ ਹਾਂ ਤੂੰ ਆਪ ਤਾਂ ਕੁਛ ਜਿਹੜਾ ਤੇਰਾ ਕਾਰਨ ਸੀ ਜੋਸ਼ ਹੋ ਗਿਆ, ਤੂੰ ਲੋਕਾਂ ਦੀ ਧੀ ਪੁੱਤ ਕਾਹਤੇ ਮਰਾਉਣੇ ਲਏ ਆ ਵੀ ਏਅਰਪੋਰਟਾਂ ਦੇ ਉੱਤੇ। ਸੋ ਆਹ ਇਹ ਕੰਮ ਕਰਦੀਆਂ ਆ, ਕਦੀ ਆਪਣਾ ਇਹ ਤੇ ਗੁਰਦੇਵ ਸਿੱਧੂ ਦੀ ਪ੍ਰਮੋਸ਼ਨ ਕਰਦੀਆਂ, ਇੱਕੋ ਬੰਦੇ ਦੀ ਪ੍ਰਮੋਸ਼ਨ ਸਿਰਫ ਯੂ ਐਸ ਏ ਯੂ ਐਸ ਏ ਯੂ ਐਸ ਏ ਐਡਾ